ਕਿਵੇਂ ਕਿਵੇਂ ਨਹੀਂ ਕਰਨਾ ਸਿਰਫ ਇੱਕ ਹੀ ਕਲਿੱਕ ਕਰਨਾ ਤੁਸੀਂ ਬਸ ਤੁਹਾਡਾ ਕੰਮ ਹੋ ਜਾਣਾ ਹੈ। ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਤੇ ਇਹ ਮੇਰੀ ਪਹਿਲੀ ਵੀਡੀਓ ਪੰਜਾਬੀ ਵਿੱਚ ਹੋ ਰਹੀ ਹੈ ਕਿ ਮੈਂ ਤੁਹਾਨੂੰ ਪੰਜਾਬੀ ਵਿੱਚ ਕੁਝ ਦੱਸ ਰਿਹਾ ਤੇ ਹੋ ਸਕਦਾ ਹੈ YouTube ਤੇ ਹੀ ਮੇਰੀ ਪਹਿਲੀ ਵੀਡੀਓ ਹੋਵੇ ਕਿ ਮੈਂ ਤੁਹਾਨੂੰ ਪੰਜਾਬੀ ਵਿੱਚ ਕੋਈ ਗੱਲ ਦੱਸ ਰਿਹਾ ਕੋਈ ਕੰਮ ਦੀ ਗੱਲ ਤੁਹਾਨੂੰ ਦੱਸਣ ਲੱਗਿਆ। ਤੁਸੀਂ ਥੰਬਨੇਲ ਦੇ ਉੱਤੇ ਦੇਖਿਆ ਹੋਣਾ ਕਿ ਮੈਂ ਲਿਖਿਆ ਸਿਰਫ ਇੱਕ ਕਲਿੱਕ ਤੇ ਤੁਹਾਨੂੰ ਪਤਾ ਹੈ ਇੱਕ ਕਲਿੱਕ ਦੇ ਵਿੱਚ ਕੀ ਹੁੰਦਾ ਹੈ? ਨਹੀਂ। अच्छा ਤੁਹਾਨੂੰ ਨਹੀਂ ਪਤਾ ਕਿ ਇੱਕ ਕਲਿੱਕ ਦੇ ਵਿੱਚ ਕੀ ਹੁੰਦਾ ਹੈ ਲੇਕਿਨ ਮੈਂ ਤੁਹਾਨੂੰ ਦੱਸਾਂਗਾ ਕਿ ਇੱਕ ਕਲਿੱਕ ਦੇ ਵਿੱਚ ਤੁਸੀਂ ਬਹੁਤ ਸਾਰਾ ਆਪਣਾ ਫਾਇਦਾ ਹਾਸਲ ਕਰ ਸਕਦੇ ਹੋ ਬਹੁਤ ਸਾਰਾ ਆਪਣਾ ਕੰਮ ਆਸਾਨ ਕਰ ਸਕਦੇ ਹੋ ਸਿਰਫ ਇੱਕ ਕਲਿੱਕ ਦੇ ਵਿੱਚ ਅਬੀਮ ਬਜਾ ਆਏਗਾ ਨਾ ਅੱਜ ਮੈਂ ਤੁਹਾਨੂੰ ਤਿੰਨ ਐਸੀਆਂ ਚੀਜ਼ਾਂ ਦੱਸਾਂਗਾ ਜਿਹੜੇ ਤੁਸੀਂ ਇੱਕ ਕਲਿੱਕ ਕਰਕੇ ਬਹੁਤ ਸਾਰਾ ਫਾਇਦਾ ਹਾਸਲ ਕਰ ਸਕਦੇ ਹੋ ਤੇ ਪਹਿਲੀ ਗੱਲ ਇਹ ਕਿ ਬਹੁਤ ਸਾਰੇ ਦੋਸਤ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਜੌਬ ਵਾਸਤੇ ਅਪਲਾਈ ਕਰਨਾ ਪੈਂਦਾ ਜਾਂ ਕਾਲਜ ਐਡਮਿਸ਼ਨ ਲੈਣ ਲਈ ਉਹਨਾਂ ਨੂੰ ਪਾਸਪੋਰਟ ਸਾਈਜ਼ ਫੋਟੋ ਚਾਹੀਦੇ ਹੁੰਦੇ ਨੇ ਉਹ ਫੋਟੋ ਉਹਨਾਂ ਨੂੰ ਫੋਟੋ ਸਟੇਟ ਵਾਲੀ ਦੁਕਾਨ ਤੇ ਜਾ ਕੇ ਬਣਵਾਣੇ ਪੈਂਦੇ ਨੇ ਲੇਕਿਨ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਇੱਕ ਕਲਿੱਕ ਦੇ ਵਿੱਚ ਤੁਸੀਂ ਉਹ ਫੋਟੋ ਆਪਣਾ ਕਿਵੇਂ ਬਣਾ ਸਕਦੇ ਹੋ ਪ੍ਰੋਫੈਸ਼ਨਲ ਜਿਹਾ ਤੇ ਬੜਾ ਵਧੀਆ ਕਰਕੇ ਤੁਹਾਨੂੰ ਲੱਗੇਗਾ ਉਹ ਫੋਟੋ ਤੁਸੀਂ ਇੱਕ ਕਲਿੱਕ ਵਿੱਚ ਬਣਾ ਐਪਲੀਕੇਸ਼ਨ ਡਾਊਨਲੋਡ ਕਰਨੀ ਪੈਣੀ ਕੁਝ ਵੀ ਨਹੀਂ ਕਰਨਾ ਪੈਣਾ ਸਿਰਫ ਤੁਸੀਂ ਇੱਕ ਕਲਿੱਕ ਕਰਨਾ ਹੈ ਤੇ ਤੁਹਾਡਾ ਫੋਟੋ ਤਿਆਰ ਹੋ ਜਾਣਾ ਹੈ ਕਿਸ ਤਰ੍ਹਾਂ ਹੋਣਾ ਹੈ ਸਾਰਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਚੱਲ ਜਾਣਾ ਹੈ ਇਹ ਆਲਾ ਜਿਹੜਾ ਤਰੀਕਾ ਹੈ ਇਹ ਜਾਣਨ ਤੋਂ ਬਾਅਦ ਫੋਟੋ ਸਟੇਟ ਵਾਲਾ ਨੇ ਕੁਝ ਇਸ ਤਰ੍ਹਾਂ ਕਹਿਣਾ ਹੈ ਧੰਦਾ ਬੰਦ ਕਰਵਾਏਗਾ ਕੀ ਜੀ ਹਾਂ ਉਹਨਾਂ ਨੇ ਤੇ ਕਹਿਣਾ ਕਿ ਸਾਡਾ ਧੰਦਾ ਬੰਦ ਕਰਵਾਏਗਾ ਲੇਕਿਨ ਇਹੋ ਜਿਹਾ ਕੁਝ ਨਹੀਂ ਹੈ ਤੁਸਨੇ ਆਪਣੀ ਹੈਲਪ ਖੁਦ ਕਰਨੀ ਹੈ ਮੈਂ ਚਾਹੁੰਨਾ ਕਿ ਤੁਸੀਂ ਆਪਣੀ ਹੈਲਪ ਖੁਦ ਕਰੋ ਤੇ ਇਸ ਤੋਂ ਇਲਾਵਾ ਦੂਸਰੀ ਜਿਹੜੀ ਹੈ ਉਹ ਇਹ ਅਗੀ ਕਿ ਇੱਕ ਕਲਿਕ ਦੇ ਵਿੱਚ ਤੁਸੀਂ ਆਪਣੀਆਂ ਪੁਰਾਣੀਆਂ ਤੋਂ ਪੁਰਾਣੀਆਂ ਫੋਟੋਆਂ ਜਿਹੜੀਆਂ ਤੁਹਾਡੇ ਕੋਲ 20 25 ਸਾਲ ਪੁਰਾਣੀਆਂ ਫੋਟੋਆਂ ਨੇ ਬਲੈਕ ਐਂਡ ਵਾਈਟ ਨੇ ਕਹਿੰਦੇ ਹੋ ਕਿ ਉਹ ਫੋਟੋ ਆ ਕਦੀ ਰੰਗੀਨ ਨਹੀਂ ਹੋ ਸਕਦੀਆਂ ਲੇਕਿਨ ਇੱਕ ਕਲਿਕ ਕਰਨਾ ਹੈ ਉਹ ਤੁਹਾਡੀ ਫੋਟੋ ਸਾਰੀ ਰੰਗੀਨ ਹੋ ਜਾਣੀ ਹੈ ਕਲਰ ਹੋ ਜਾਣੀ ਹੈ ਬੜੀ VIP ਲੱਗੂਗੀ ਬੜੀ ਵਧੀਆ ਲੱਗੂਗੀ ਤੁਹਾਨੂੰ ਤੀਸਰਾ ਤਰੀਕਾ ਇਹ ਹੈ ਕਿ ਤੁਸੀਂ ਥੱਲੇ ਜਿਹ ਕਲਿੱਕ ਕਰਨਾ ਤੁਸੀਂ ਬਸ ਤੇ ਤੁਹਾਡਾ ਕੰਮ ਹੋ ਜਾਣਾ ਹੈ ਤੁਹਾਨੂੰ ਇਹ ਜਿਹਾ ਵਧੀਆ-ਵਧੀਆ ਵੀਡੀਓ ਮਿਲਦੀਆਂ ਰਹਿਣੀਆਂ ਨੇ ਤੇ ਹੁਣ ਅੱਗੇ ਵਧਨੇ ਆ ਤੁਹਾਨੂੰ ਮੈਂ ਦੱਸਾਂ ਇਹਨਾਂ ਵੈਬਸਾਈਟਾਂ ਦੇ ਬਾਰੇ ਕਿ ਇਹ ਵੈਬਸਾਈਟਾਂ ਕਿਹੜੀਆਂ-ਕਿਹੜੀਆਂ ਵੈਬਸਾਈਟਾਂ ਨੇ ਤੇ ਇੱਥੇ ਕਿਵੇਂ-ਕਿਵੇਂ ਕਰਨਾ ਹੈ ਕਿਵੇਂ-ਕਿਵੇਂ ਨਹੀਂ ਕਰਨਾ ਸਿਰਫ ਇੱਕ ਹੀ ਕਲਿੱਕ ਕਰਨਾ ਹੈ ਤੁਸੀਂ ਬਸ ਤੁਹਾਡਾ ਕੰਮ ਹੋ ਜਾਣਾ ਹੈ ਤੇ ਪਹਿਲੀ ਵੈਬਸਾਈਟ ਸਾਡੀ ਜਿਹੜੀ ਹੈਗੀ ਉਹਦਾ ਨਾਮ ਹੈਗਾ ਪਾਸਪੋਰਟ ਸਾਈਜ਼ ਫੋਟੋ ਮੇਕਰ ਇੱਥੇ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੋਣਾ ਨਾ ਇਹ ਨਾ ਤੁਸੀਂ ਜਾ ਕੇ Google ਤੇ ਸਰਚ ਕਰਨਾ ਹੈ ਪਹਿਲੀ ਵੈਬਸਾਈਟ ਤੁਸੀਂ ਉਹਨੂੰ ਖੋਲ ਲੈਣਾ ਉਹ ਵੈਬਸਾਈਟ ਖੋਲਣ ਤੋਂ ਬਾਅਦ ਤੁਹਾਨੂੰ ਪਹਿਲਾ ਹੀ ਜਿਹੜਾ ਆਪਸ਼ਨ ਲੱਭਣਾ ਹੈ ਉੱਥੇ ਲਿਖਿਆ ਹੋਣਾ ਹੈ ਅਪਲੋਡ ਇਮੇਜ ਤੁਸੀਂ ਉੱਥੇ ਇੱਕ ਹੀ ਕਲਿੱਕ ਕਰਨਾ ਹੈ ਆਪਣੀ ਫੋਟੋ ਉੱਤੇ ਅਪਲੋਡ ਕਰ ਦੇਣੀ ਹੈ ਉਸ ਤੋਂ ਬਾਅਦ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਉੱਤੇ ਬਣ ਜਾਣੀ ਹੈ ਤੁਸੀਂ ਉਹਦੇ ਵਿੱਚ ਕੋਟ ਵੀ ਚੇਂਜ ਕਰ ਸਕਦੇ ਹੋ ਤੁਸੀਂ ਕੱਪੜੇ ਵੀ ਚੇਂਜ ਕਰ ਸਕਦੇ ਹੋ ਤੁਸੀਂ ਕੁਝ ਵੀ ਉਹਦੇ ਵਿੱਚ ਚੇਂਜ ਕਰਕੇ ਆਪਣੇ ਤਰੀਕੇ ਨਾਲ ਉਹਨੂੰ ਬਣਾ ਸਕਦੇ ਹੋ ਤੇ ਬੜੀ ਵਧੀਆ ਜਿਹੀ ਲੱਗਦੀ ਹੈਗੀ ਤੁਸੀਂ ਇਹਨੂੰ ਟਰਾਈ ਕਰੋ ਤੇ ਇੱਕ ਕਲਿੱਕ ਦੇ ਵਿੱਚ ਤੁਹਾਡੀ ਪਾਸਪੋਰਟ ਸਾਈਜ਼ ਫੋਟੋ रेडी ਹੋ ਜਾਣੀ ਹੈ ਤੇ ਉਹਨੂੰ ਤੁਸੀਂ ਆਪਣੀ ਜੋਬ ਵਾਸਤੇ ਆਪਣੀ ਕਾਲਜ ਐਡਮਿਸ਼ਨ ਵਾਸਤੇ ਯੂਨੀਵਰਸਿਟੀ ਐਡਮਿਸ਼ਨ ਵਾਸਤੇ ਹਰ ਚੀਜ਼ ਵਾਸਤੇ ਤੁਸੀਂ ਉਸ ਫੋਟੋ ਨੂੰ ਯੂਜ਼ ਕਰ ਸਕਦੇ ਹੋ ਜਿਹੜੀ ਜਿਹੜੀ ਸਾਡੀ ਦੂਸਰੀ ਵੈਬਸਾਈਟ ਹੈ ਉਹਦਾ ਨਾਮ ਹੈਗਾ ਪੈਲੇਟ ਐਫ ਐਮ ਤੁਸੀਂ ਜਿਵੇਂ ਦਾ ਨਾਂ ਸਕਰੀਨ ਤੇ ਲਿਖਿਆ ਹੈ ਸੇਮ ਇਵੇਂ ਦਾ ਗੂਗਲ ਕ੍ਰੋਮ ਤੇ ਸਰਚ ਕਰਨਾ ਹੈ ਉੱਥੇ ਤੁਹਾਨੂੰ ਜਿਹੜੀ ਪਹਿਲੀ ਵੈਬਸਾਈਟ ਲੱਭਣੀ ਤੁਸੀਂ ਖੋਲ ਲੈਣਾ ਹੈ ਇੱਕ ਹੀ ਕਲਿੱਕ ਕਰਨਾ ਹੈ ਤੇ ਤੁਹਾਡੀ ਜਿਹੜੀ ਸਭ ਤੋਂ ਪੁਰਾਣੀ ਫੋਟੋ ਸਭ ਤੋਂ ਜਿਹੜੀ ਪੁਰਾਣੀ ਤੋਂ ਪੁਰਾਣੀ ਫੋਟੋ ਹੈ ਜਿਹੜੀ ਤਕਰੀਬਨ ਤੁਸੀਂ ਕਹਿੰਦੇ ਹੋ ਕਿ ਇਹ ਫੋਟੋ ਤਾਂ ਬੇਕਾਰ ਹੋਈ ਪਈ ਹੈ ਬਲੈਕ ਐਂਡ ਵਾਈਟ ਹੈ ਇਹਦੇ ਵਿੱਚ ਕੁਝ ਨਜ਼ਰ ਵੀ ਨਹੀਂ ਆਂਦਾ ਉਹ ਵਾਲੀ ਫੋਟੋ ਉੱਥੇ ਅਪਲੋਡ ਕਰ ਦੇਣੀ ਹੈ ਤੇ ਤੁਹਾਡੇ ਸਾਹਮਣੇ ਜਿਹ ਨੇ ਕਿਤਾ ਕੁਝ ਵੀ ਨਹੀਂ ਕਰਨਾ ਤੁਸੀਂ ਤੁਹਾਡੀ ਜਿਹੜੀ ਫੋਟੋ ਹੈ ਉਹ ਰੰਗीन ਹੋ ਗਈ ਤੇ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਉਹ ਵਾਲੀ ਫੋਟੋ ਆਪਣੇ ਖਾਨਦਾਨ ਵਿੱਚ ਆਪਣੇ ਰਿਸ਼ਤੇਦਾਰਾਂ ਵਿੱਚ ਕਿਸੇ ਨੂੰ ਵੀ ਭੇਜ ਸਕਦੇ ਹੋ ਤੇ ਬੜੀ ਵੀਆਈਪੀ ਲੱਗਦੀ ਹੈ ਬੜੀ ਵਧੀਆ ਲੱਗਦੀ ਹੈ ਕਿ ਤੁਸੀਂ ਪੁਰਾਣੀ ਫੋਟੋ ਨੂੰ ਕਿਸ ਤਰ੍ਹਾਂ ਰੰਗ ਕਰ ਸਕਦੇ ਹੋ 컬러 ਕਰ ਸਕਦੇ ਹੋ ਤੇ ਤੀਸਰੀ ਜਿਹੜੀ ਹੈ ਉਹ ਤੁਹਾਨੂੰ ਮੈਂ ਪਹਿਲੇ ਹੀ ਦੱਸ ਦਿੱਤੀ ਸੀ ਜਿਹੜਾ ਤੁਹਾਨੂੰ ਸਬਸਕ੍ਰਾਈਬਰ ਬਟਨ ਥੱਲੇ ਦਿਖ ਰਿਹਾ ਹੈ ਉੱਥੇ ਇੱਕ ਹੀ ਕਲਿੱਕ ਕਰ ਦਿਓ ਤੇ ਤੁਹਾਡਾ ਕੰਮ ਹੋ ਜਾਣਾ ਹੈ ਬਸ ਤੁਸੀਂ ਥੱਲੇ ਸਬਸਕ੍ਰਾਈਬਰ ਬਟਨ ਤੇ ਇੱਕ ਕਲਿੱਕ ਕਰ ਦਿਓ ਤੋੜਾ ਕੰਮ ਹੋ ਗਿਆ ਤੇ ਮੇਰਾ ਕੰਮ ਵੀ ਹੋ ਗਿਆ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਤੇ ਤੁਸੀਂ ਆਪਣਾ ਖਿਆਲ ਰੱਖਣਾ ਤੇ ਆਪਣੇ ਘਰ ਵਾਲਾਂ ਦਾ ਖਿਆਲ ਰੱਖਣਾ ਸਾਰਿਆਂ ਦਾ ਖਿਆਲ ਰੱਖਣਾ ਤੇ ਫਿਰ ਸਾਨੂੰ ਹੁਣ ਇਜਾਜ਼ਤ ਦਿਓ ਅਸੀਂ ਚਲਦੇ ਹਾਂ ਤੁਸੀਂ ਆਪਣਾ ਖਿਆਲ ਰੱਖਣਾ ਅੱਲਾਹ ਹਾਫਿਜ਼